ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਤੁਹਾਡੇ ਨਾਲ ਆਪਾਂ ਇੱਕ ਐਸੀ ਵੀਡੀਓ ਸ਼ੇਅਰ ਕਰਾਂਗੇ ਮੈਨੂੰ ਨਹੀਂ ਲੱਗਦਾ ਤੁਸੀਂ ਇਸ ਤਰ੍ਹਾਂ ਦੀ ਪਹਿਲਾਂ ਵੀ ਕਦੇ ਵੀਡੀਓ ਦੇਖੀ ਹੋਣੀ ਆ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗਿਆ ਔਰ ਇੱਥੇ ਹੀ ਇਹਨਾਂ ਨੇ ਪਿਸਤੌਲ ਰੱਖਿਆ ਹੋਇਆ ਹੈ ਮਹਾਰਾਜਾ ਸ਼ੇਰ ਸਿੰਘ ਸਿੱਖ ਰਾਜ ਦੇ ਸਿੱਕੇ ਦਿਖਾਏ ਗਏ ਹਨ ਦੀਵਾਨ ਟੋਡਰਮਲ ਦੀ ਹਵੇਲੀ ਦੀ ਇੱਟ ਹੈ ਉਰਦੂ ਚ ਲਿਖਿਆ ਹੋਇਆ ਨਿਤਨੇਮ ਦਾ ਗੁਟਕਾ ਸਾਹਿਬ ਹੈ ਕਾਲ ਤੱਕ ਸਾਹਿਬ ਜੀ ਦਾ ਇਹਨਾਂ ਨੇ ਮਾਡਲ ਬਣਾ ਕੇ ਵੱਡਾ ਰੱਖਿਆ ਹੈ ਅਸੀਂ ਅਜੇ ਵੀ ਦਰਬੀ ਦੇ ਇਸ ਮਿਊਜ਼ੀਅਮ ਵਿੱਚ ਖੜੇ ਹਾਂ ਜਿੱਥੇ ਕੱਲ ਤੁਹਾਡੇ ਨਾਲ ਸਾਂਝ ਪਾਈ ਗਈ ਸੀ ਅੱਜ ਅਸੀਂ ਇਹਦਾ ਦੂਜਾ ਪਾਰਟ ਦਿਖਾਉਣ ਲੱਗੇ ਹਾਂ ਜਿੱਥੇ ਸਿੱਖ ਇਤਿਹਾਸ ਬਾਰੇ ਕਾਫੀ ਫੋਟੋਆਂ ਲੱਗੀਆਂ ਹੋਈਆਂ ਹਨ ਔਰ ਕਾਫੀ ਸਾਰਾ ਜਿਹੜਾ ਇੱਥੇ ਇਤਿਹਾਸ ਦੀ ਸਾਂਝ ਪਈ ਹੋਈ ਹੈ ਆਓ ਫਤਿਹ ਬਲਾਓ ਵੀਡੀਓ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ 1919 ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ਚ ਅੰਮ੍ਰਿਤਸਰ ਜਿਹੜਾ ਸਾਾਕਾ ਵਾਪਰਿਆ ਬਹੁਤ ਸੋਹਣਾ ਮਾਡਲ ਤਿਆਰ ਕੀਤਾ ਹੋਇਆ ਐਸਾ ਮਾਡਲ ਅਸੀਂ ਦੁਨੀਆ ਚ ਹੋਰ ਕਿਤੇ ਨਹੀਂ ਵੇਖਿਆ ਇਹਦੇ ਵਿੱਚ ਦਿਖਾਇਆ ਗਿਆ ਹੈ ਆ ਜਲਿਆਂਵਾਲਾ ਬਾਗ ਹੈ ਇੱਕ ਹੀ ਐਂਟਰੈਂਸ ਸੀਗੀ ਜਿੱਥੇ ਆ ਕੇ ਵੇਖੋ ਫੌਜੀਆ ਨੇ ਘੇਰਾ ਪਾ ਲਿਆ ਅੰਦਰ ਚਲੇ ਗਏ ਤੇ ਅੰਦਰ ਆ ਦੇਖੋ ਫੌਜੀ ਹਨ ਇਧਰ ਸਾਰੇ ਉਹ ਜਿਹੜਾ ਅਡਵਾਇਰ ਸੀਗਾ ਉਹਦੇ ਨਾਲ ਉਹਦੀ ਫੌਜ ਜਿਹੜੀ ਹੈ ਖੜੀ ਹੋ ਗਈ ਹੁਣ ਆਲੇ ਦੁਆਲੇੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਤੇ ਆਲੇ ਦੁਆਲੇ ਘਾਰ ਹੀ ਘਰ ਹਨ ਜੇ ਤੁਸੀਂ ਅੱਜ ਵੀ ਜਾਓਗੇ ਤੇ ਤੁਹਾਨੂੰ ਘਰ ਹੀ ਦਿਖਣਗੇ ਔਰ ਜਿਹੜੇ ਲੋਕ ਸੀ ਭੱਜ ਕੇ ਦੂਜੇ ਪਾਸੇ ਨੂੰ ਚਲੇ ਗਏ ਆ ਹੁਣ ਲੋਕ ਹਨ ਜਿਹੜੇ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਦੂਜੇ ਪਾਸਿਓਂ ਗੋਲਾਬਾਰੀ ਹੋ ਰਹੀ ਹੈ ਆ ਲੋਕ ਹਨ ਜਿਹੜੇ ਹੁਣ ਮਰ ਰਹੇ ਹਨ ਗੋਲਬਾਰੀਆਂ ਦੇ ਨਾਲ ਤੇ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਤੇ ਕਾਫੀ ਲੋਕ ਜਿਹੜੇ ਡਿੱਗੇ ਪਏ ਹਨ ਸੋ ਇੱਧਰ ਵੀ ਖੂਹ ਹੈ ਇੱਕ ਔਰ ਇਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਇੱਧਰ ਇੱਕ ਦਰਵਾਜ਼ਾ ਸੀ ਸਾਈਡ ਦੇ ਉੱਤੇ ਜਿੱਧਰੋਂ ਆਹ ਵਖੋ ਲੋਕ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਦਰਵਾਜ਼ਾ ਬੰਦ ਸੀ ਲੋਕ ਸੀਗਾ ਸੋ ਇਹ ਜਲਿਆਂਵਾਲਾ ਬਾਗ ਜਿਹਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਪਰ ਇਹਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਔਰ ਇਹਨਾਂ ਦਾ ਹੀ ਬਦਲਾ ਲੈਣ ਲਈ ਉਦਮ ਸਿੰਘ ਮੁੜ ਕੇ ਲੰਡਨ ਆ ਕੇ ਅਡਵਾਇਰ ਨੂੰ ਉਹਨਾਂ ਨੇ ਮਾਰਮਕਾਇਆ ਸੀ ਔਰ ਇੱਥੇ ਹੀ ਇਹਨਾਂ ਨੇ ਪਿਸਤੌਲ ਰੱਖਿਆ ਹੋਇਆ ਹੈ ਲਿਖਿਆ ਹੋਇਆ ਹੈ ਰੈਪਲੀਕਾ ਆਫ ਰਿਵੋਲਵਰ ইউজਡ ਟੂ ਕਿਲ ਮਾਈਕਲ ਅਡਵਾਇਰ ਇਹ ਉਹਦੇ ਨਾਲ ਦਾ ਅਸਲ ਚ ਦੱਸਦੇ ਅਸਲੀ ਪਿਸਤੌਲ ਆ ਉਹਦੇ ਨਾਲ ਦਾ ਹੈ ਔਰ ਉੱਤੇ ਫੋਟੋ ਲੱਗੀ ਹੋਈ ਹੈ ਕਿ ਕਿਵੇਂ ਇੱਕ ਡਾਇਰੀ ਇੱਕ ਜਿਵੇਂ ਕਰਦ ਹੁੰਦੀ 나යිਫ ਚਾਕੂ ਤੇ ਇੱਕ ਪਿਸਤੌਲ ਜਿਹੜਾ ਉਦਮ ਸਿੰਘ ਜੀ ਕੋਲੋਂ ਫੜਿਆ ਗਿਆ ਸੀ ਸਾਨੂੰ ਇੱਥੇ ਦੇ ਵੀਰਾਂ ਨੇ ਦੱਸਿਆ ਕਿ ਆ ਇੱਕ ਚਗਾਠ ਹੈ ਤੇ ਦੱਸਿਆ ਜਾਂਦਾ ਕਿ ਨੂਰ ਮਹਿਲ ਦੀ ਜਿਹੜੀ ਸਰਾਹ ਸੀ ਉੱਥੋਂ ਇਹ ਚਗਾਠ ਪੁੱਟ ਕੇ ਇੱਥੇ ਲਿਆਂਦੀ ਗਈ ਗੋਰਿਆਂ ਵੱਲੋਂ ਤੇ ਜੇ ਤੁਸੀਂ ਦੇਖੋ ਤੇ ਆ ਇਹਦੀ ਚਗਾਠ ਦਾ ਕੰਮ ਦੇਖੋ ਕਿੰਨਾ ਵਧੀਆ ਹੋਇਆ ਹੈ ਕਮਾਲ ਕੀਤੀ ਪਈ ਹੋਈ ਹੈ ਜੀ ਜਿਹੜੀ ਇਹਦੇ ਉੱਤੇ ਡਿਜ਼ਾਈਨਿੰਗ ਹੈ ਹੱਥਾਂ ਦੀ ਕਾਰੀਗਰੀ ਹੈ ਬਹੁਤ ਸੋਹਣੀ ਹੈ ਵੱਡੀ ਚਗਾਠ ਹੈ ਜੀ 메ਨ ਦਰਵਾਜੇ ਦੀ ਸਿੱਖ ਭਾਵੇਂ ਮੂਰਤੀ ਦਾ ਫੋਟੋ ਦਾ ਪੁਜਾਰੀ ਨਹੀਂ ਹੈ ਪਰ ਮਿਊਜ਼ੀਅਮ ਬਣਾਇਆ ਗਿਆ ਤਾਂ ਜੋ ਇੱਥੇ ਜਿਹੜੇ ਆਉਂਦੇ ਬੱਚੇ ਉਹਨਾਂ ਨੂੰ ਸਿਖਾਇਆ ਜਾ ਸਕੇ ਇਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਲੈਣ ਦੀ ਫੋਟੋ ਹੈ ਉੱਪਰ ਬਾਬਾ ਫਰੀਦ ਜੀ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪੜਨ ਗਏ ਹਨ ਤਾਂ ਉਹ ਆਹ ਦੇਖੋ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਫਿਰ ਰਬਾਬ ਗੁਰੂ ਸਾਹਿਬ ਜੀ ਦੇ ਕੋਲ ਆਉਂਦੀ ਹੈ ਹੁਣ ਜਦੋਂ ਚੱਲਣਾ ਹੈ ਰਾਏ ਬੁਲਾਰ ਪੱਟੀ ਔਰ ਦੱਸਿਆ ਜਾਂਦਾ ਹੈ ਕਿ ਰਾਏ ਬੁਲਾਰ ਵੱਲੋਂ ਹੀ ਉਹਨਾਂ ਦੇ ਪਰਿਵਾਰ ਵੱਲੋਂ ਫੋਟੋਆਂ ਪੇਟ ਕੀਤੀਆਂ ਗਈਆਂ ਆ ਜਦੋਂ ਰਾਏ ਬੁਲਾਰ ਜੀ ਬਜ਼ੁਰਗ ਹੋ ਗਏ ਸੀ ਨਾ ਉਦੋਂ ਫਿਰ ਗੁਰੂ ਸਾਹਿਬ ਜੀ ਉਹਨਾਂ ਨੂੰ ਮਿਲਣ ਆਏ ਸੀ ਰਾਏ ਬਜ਼ਾਰ ਜੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸਰੀਰ ਛੱਡਿਆ ਸੀ ਉੱਪਰ ਗੁਰੂ ਸਾਹਿਬ ਜੀ ਦੀਆਂ ਫੋਟੋਆਂ ਹਨ ਜੀ ਆ ਜਦੋਂ ਇੱਕ ਵਾਰ ਕਹਿੰਦੇ ਬੇਬੇ ਨਾਨਕੀ ਜੀ ਪ੍ਰਸ਼ਾਦਾ ਪਕਾ ਰਹੇ ਸੀਗੇ ਤੇ ਉਹਨਾਂ ਦੇ ਮਨ 'ਚ ਆਇਆ ਪ੍ਰਸ਼ਾਦਾ ਬੜਾ ਸੋਹਣਾ ਫੁੱਲ ਕੇ ਵਧੀਆ ਬਣਿਆ ਤੇ ਪੇਬੇ ਨਾਨਕੀ ਜੀ ਕਹਿੰਦੇ ਕਾਸ਼ ਮੇਰਾ ਵੀ ਇੱਥੇ ਹੁੰਦਾ ਤੇ ਛੱਕਦਾ ਉਦੋਂ ਹੀ ਗੁਰੂ ਨਾਨਕ ਦੇਵ ਜੀ ਨੇ ਦਰਵਾਜ਼ਾ ਖੜਕਾਇਆ ਤੇ ਆ ਗਏ ਪ੍ਰਸ਼ਾਦਾ ਛਕਿਆ ਸੀ ਆ ਸ਼ਾਇਦ ਉਦੋਂ ਦਾ ਸੀਨ ਹੋਏਗਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਕਰਤਾਰਪੁਰ ਸੈ ਵਸਾਇਆ ਸੀਗਾ ਆ ਦੇਖੋ ਇੱਥੇ ਐ ਲੱਗਦਾ ਜਿਵੇਂ ਖੇਤੀ ਹੋ ਰਹੀ ਏ ਸਾਰੀਆਂ ਫੋਟੋਆਂ ਨੂੰ ਬਣਾਉਣ ਵਾਸਤੇ ਕਈ ਸਾਲ ਮਿਹਨਤ ਕਰਨ ਵਾਲੇ ਚਿੱਤਰਕਾਰ ਸਰੂਪ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੀ ਦੀਆਂ ਫੋਟੋਆਂ ਹਨ ਜੀ ਅੱਗੇ ਵੀ ਸਿੱਖ ਇਤਿਹਾਸ ਦੇ ਨਾਲ ਹੁਣ ਫੋਟੋਆਂ ਸੰਬੰਧਤ ਹਨ ਤਨਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਫੋਟੋਆਂ ਹਨ ਤਨਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹ ਮਹਾਰਾਜ ਤੇ ਤਨਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਨੇ ਇਸ਼ਾਰਾ ਕੀਤਾ ਸੀ ਦਰਬਾਰ ਸਾਹਿਬ ਇੱਥੇ ਵਸਾਉਣਾ ਹੈ ਅਮਰਸਰ ਸਾਹਿਬ ਤੇ ਇਹ ਉਹ ਇਸ਼ਾਰਾ ਕਰ ਰਹੇ ਹਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਮਝਾ ਰਹੇ ਹਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਰੀਆਂ ਸਿੱਖ ਇਤਿਹਾਸ ਨਾਲ ਸੰਬੰਧਤ ਫੋਟੋਆਂ ਹਨ ਤਨਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਏ ਹਨ ਭਾਈ ਗੁਰਦਾਸ ਜੀ ਸਿੱਖੀ ਦੇ ਵੇਦ ਵਿਆਸ ਸਾਈ ਮੀਆਂ ਮੀਰ ਜੀ ਹਨ ਉਹ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆ ਗਿਆ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਮਾਤਾ ਨੇ ਚੋਲਾ ਪੇਟ ਕੀਤਾ ਸੀਗਾ ਗੁਰੂ ਸਾਹਿਬ ਜੀ ਭਾਗ ਭਰੀ ਭਾਈ ਭਾਗ ਭਰੀ ਨੂੰ ਮਿਲਣ ਸ਼ੇਰੀ ਨਗਰ ਗਏ ਸਨ ਛੇਵੇਂ ਪਾਤਸ਼ਾਹ ਦਲਪੰਜਨ ਗੁਰਸੂਰਮਾ ਵੱਡ ਜੋ ਦਾ ਬਹੁਤ ਪਰਉਪਕਾਰੀ ਤਨਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਉਹ ਮਹਾਰਾਜ ਤਨਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਮਹਾਰਾਜ ਇਸ ਸਾਰੀਆਂ ਫੋਟੋਆਂ ਉਹਨਾਂ ਦੀਆਂ ਹਨ ਜੀ ਫੇਰ ਆ ਜਾਂਦਾ ਹੈ ਜੀ ਸਮਾਂ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਸ਼ਮੀਰੀ ਪੰਡਤ ਆਏ ਹਨ ਜਿਨ੍ਹਾਂ ਨੇ ਧਰਮ ਦੀ ਲਾਜ ਰੱਖੀ ਆਪ ਨੇ ਕੁਰਬਾਨੀ ਕੀਤੀ ਆ ਦੇਖੋ ਜੀ ਹੁਣ ਜਦੋਂ ਸੀਸ ਆਇਆ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਾ ਸੀਸ ਵਾਪਸ ਆਇਆ ਇਹ ਬਿਵਾਨਗੜ੍ਹ ਸਾਹਿਬ ਵਾਲਾ ਸਥਾਨ ਹੈ ਕੀਰਤਪੁਰ ਸਾਹਿਬ ਜਿੱਥੇ ਕਲਗੀਧਰ ਪਿਤਾ 9 ਸਾਲ ਦੀ ਉਮਰ ਚ ਆਪਣੇ ਪਿਤਾ ਦਾ ਸੀਸ ਅਗੋਂ ਰਿਸੀਵ ਕਰਨ ਗਏ ਸੀ ਦਿੱਲੀ ਤੋਂ ਆਉਂਦੇ ਹੋਏ आज अमृत ਛਕਣਾ ਮਹਾਰਾਜ ਤੀਰ ਚਲਾਉਂਦੇ ਹੋਏ ਉੱਤੇ ਤੇ ਗੁਰੂ ਸਾਹਿਬ ਜੀ ਦੇ ਚੋਜ ਸੰਗਤ ਜੀ ਜਿਨ੍ਹਾਂ ਨੇ ਪੜ੍ਹੀਏ ਉਹਨੇ ਥੋੜੇ ਹਨ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵਾਹ ਜੀ ਵਾਹ ਇਹ ਹਨ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਸਾਰਾ ਇਤਿਹਾਸ ਸਾਂਭਿਆ ਔਰ ਇਹ ਗੁਰੂ ਸਾਹਿਬ ਜੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਰਹੇ ਹਨ ਤੇ ਕਾਈ ਦਾ ਬੂਟਾ ਪੁੱਟ ਦਿੱਤਾ ਸੀ ਮਹਾਰਾਜ ਨੇ ਕਿਹਾ ਇਹ ਮੁਗਲ ਰਾਜ ਦੀ ਜੜ ਪੁੱਟੀ ਗਈ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਆ ਵੇਖੋ ਭਾਈ ਕਨਈਆ ਜੀ ਜਿਨ੍ਹਾਂ ਤੋਂ ਸੇਵਾ ਅੱਜ ਵੀ ਚੱਲ ਰਹੀ ਹੈ ਕਲਗੀਧਰ ਪਿਤਾ ਜੀ ਦਾ ਨਿਕਲਣਾ ਉੱਚ ਦੇ ਪੀਰ ਬਣ ਕੇ ਚਮਕੌਰ ਦਾ ਸੀਨ ਹੈ ਜੰਗ ਦੇ ਵਿੱਚ ਸੰਗਤ ਜੀ ਇਹ ਸੀਨ ਬੜਾ ਦਰਦਨਾਕ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਤੇ ਆ ਕੇ ਜਦੋਂ ਉਹ ਨੀਆਂ ਵਾਲੇ ਥਾਂ ਤੇ ਗਏ ਉਥੋਂ ਇੱਟ ਚੁੱਕੀ ਸਾਹਿਬਜ਼ਾਦੇ ਜਿਨ੍ਹਾਂ ਨੀਆਂ ਦੇ ਵਿੱਚ ਚੁਣੇ ਗਏ ਸਨ ਵਾਹਿਗੁਰੂ ਵਾਹਿਗੁਰੂ ਇਹ ਹੈ ਜੀ ਸਿੱਖ ਰਾਜ ਦਾ ਅਸਲੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਜ਼ਰੂਰ ਪੜੋ ਜੀ ਆ ਜਿਉ ਮਾਵਾ ਧੰਨ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾ ਲਏ ਆ ਦੇਖੋ ਖੰਨੇ ਖੰਨੇ ਤੇ ਪ੍ਰਸ਼ਾਦੇ ਤੇ ਚੱਕੀਆਂ ਚਲਾਈਆਂ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਸ਼ਹੀਦ ਭਾਈ ਮਨੀ ਸਿੰਘ ਜੀ ਦੇਖੋ ਬੰਦ ਬੰਦ ਕਟਾਉਣ ਲੱਗੇ ਹਨ ਆਹ ਹੈ ਜੀ ਸਾਡਾ ਬਜ਼ੁਰਗ ਬਾਬਾ ਬਾਬਾ ਦੀਪ ਸਿੰਘ ਜੀ ਜਿਹੜੇ ਖੰਡੇ ਨਾਲ ਲਕੀਰ ਖਿੱਚਦੇ ਕਹਿੰਦੇ ਭਾਈ ਪਾਰ ਉਹ ਹੋਏ ਹੋ ਜਿਹੜੇ ਸ਼ੀਧੀ ਪਾਉਣ ਲਈ ਤਿਆਰ ਹਨ ਇਹ ਸ਼ੀਧੀਆਂ ਪੋਥੀ ਪੜ ਕੇ ਆਈਆਂ ਸਨ ਬਾਣੀ ਪੜਿਆ ਕਰੋ ਸੰਗਤ ਜੀ ਸਾਡੇ ਜਰਨੈਲ ਬਗੇਲ ਸਿੰਘ ਜੀ ਸਾਡੇ ਜਰਨੈਲ ਨਵਾਬ ਕਪੂਰ ਸਿੰਘ ਜੀ ਸਾਡੇ ਜਰਨੈਲ ਜੱਸਾ ਸਿੰਘ ਰਾਮਗੜੀਆ ਜੀ ਹਨ ਸ਼ਾਮ ਸਿੰਘ ਟਾਰੀ ਜੀ ਹਨ ਜੱਸਾ ਸਿੰਘ ਆਲੂਆਲੀਆ ਜੀ ਹਨ ਤੇ ਆ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਫੋਟੋਆਂ ਆਉਣੀਆਂ ਸ਼ੁਰੂ ਹੋ ਗਈਆਂ ਇਹਦੇ ਵਿੱਚ ਹੈ ਆ ਮਹਾਰਾਜਾ ਸ਼ੇਰ ਸਿੰਘ ਆ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਣੀ ਜਿੰਦਾ ਤੇ ਆ ਹੈ ਜੀ ਉਹ ਸੀਨ ਜਿਹੜਾ ਦੇਖਣ ਨੂੰ ਤੁਸੀਂ ਤਰਸ ਗਏ ਪੰਜਾਬੀਓ ਤੁਹਾਡਾ ਮਹਾਰਾਜਾ ਤਖਤ ਦੇ ਉੱਤੇ ਸੰਗਾਸ਼ਨ ਤੇ ਬੈਠ ਕੇ ਜਦੋਂ ਮੋਹਰਾ ਵੰਡਦਾ ਹੁੰਦਾ ਸੀ ਉਹਦਾ ਦਰਬਾਰ ਲੱਗਦਾ ਸੀ ਜਿਹੜਾ ਮਰਜੀ ਫਰਿਆਦੀ ਲੋੜਵੰਦ ਇੱਥੇ ਆ ਕੇ ਹਾਜ਼ਰ ਹੋ ਜਾਂਦਾ ਸੀ ਮਹਾਰਾਜਾ ਦਲੀਪ ਸਿੰਘ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਆ ਦੇਖੋ ਨਾਲ ਹੀ ਉਹਨਾਂ ਦੇ ਪਰਿਵਾਰ ਦੀਆਂ ਫੋਟੋਆਂ ਹਨ ਤੇ ਇੱਥੇ ਇਹ ਫੋਟੋਾਂ ਦੀ ਸਮਾਪਤੀ ਹੁੰਦੀ ਹੈ ਇਸ ਤੋਂ ਬਾਅਦ ਚ ਹੁਣ ਆਉਂਦੇ ਹਨ ਕਾਫੀ ਸ਼ਸਤਰ ਜਿਹੜੇ ਪੁਰਾਣੇ ਹਨ ਸੋਨੇ ਦੀ ਕਟਾਰ ਉਹਦੇ ਉੱਤੇ ਸੋਨਾ ਵੀ ਲੱਗਾ ਹੋਇਆ ਹੈ ਇਹਦੇ ਵਿੱਚ ਹਨ ਜੀ ਸਿੱਕੇ ਸਿੱਖ ਰਾਜ ਦੇ ਸਿੱਕੇ ਦਿਖਾਏ ਗਏ ਹਨ ਹੋਰ ਬਹੁਤ ਸਾਰੇ ਇੱਥੇ ਸ਼ਸਤਰ ਹਨ ਪਿਸਤੌਲ ਹਨ ਬਹੁਤ ਸੋਹਣੇ ਸੋਹਣੇ ਕਿਰਪਾਨਾ ਹਨ ਬਹੁਤ ਸਾਰੀਆਂ ਕਟਾਰਾਂ ਹਨ ਇੱਥੇ ਪਈਆਂ ਹੋਈਆਂ ਇਹਨੂੰ ਕਹਿੰਦੇ ਹਨ ਜੀ ਅਕਾਲੀ ਬੁੰਗਾ ਦਸਤਾਰ ਲਾਹੌਰ 19ਵੀਂ ਸਦੀ ਦੌਰਾਨ ਸੋ ਇਹ ਦਸਤਾਰ ਹੈ ਜੀ ਵੇਖੋ ਉੱਪਰ ਨੂੰ ਖੁੱਲਾ ਉੱਚਾ ਬੂੰਗਾ ਇਹ ਸੀਗਾ ਸੋਹਣੀਆਂ ਦਸਤਾਰਾਂ ਸਿੰਘਾਂ ਦੀਆਂ ਸਜਦੀਆਂ ਸੀਗੀਆਂ ਵੀ ਐਂਡ ਇਹ ਜਦੋਂ ਮਿਊਜ਼ੀਅਮ 'ਚ ਅਸੀਂ ਗਏ ਸੀ ਉਦੋਂ ਵੀ ਇੱਕ ਦਸਤਾਰ ਆਪ ਜੀ ਨੂੰ ਇਦਾਂ ਦੀ ਦਿਖਾਈ ਸੀ ਉੱਤੇ ਹੁਣ 1978 ਦੇ ਸਾਰੇ ਸ਼ਹੀਦਾਂ ਦੀ ਗੈਲਰੀ ਹੈ ਥੱਲੇ ਸ਼ਸਤਰ ਦਿਖਾਏ ਗਏ ਹਨ ਹੋਰ 1800 ਅੱਜ ਤੋਂ 150 ਸਾਲ ਪੁਰਾਣੇ ਸ਼ਸਤਰ ਹਨ ਕਿਰਪਾਨਾਂ ਹਨ ਔਰ ਆਹ ਹੈ ਜੀ ਉਹ ਤਿੰਨ ਕਲਾ ਸ਼ਸਤਰ ਜੇਦੀ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਗੁਰਜ ਹੈ ਉਹਦੇ ਵਿੱਚ ਕੋਹਾੜਾ ਹੈ ਜਿਵੇਂ ਤੇ ਇੱਕ ਫਿਰ ਆ ਹੈ ਛੁੱਟ ਇਹ ਨਾਲੀ ਹੈ ਤੇ ਨਾਲੀ ਜੇ ਦੇਖੋਗੇ ਅੱਗੋਂ ਖੁੱਲੀ ਹੋਈ ਹੈ ਉਹਦੇ ਵਿੱਚ ਮੋਰੀ ਹੈ ਕਿਉਂਕਿ ਇਹਦੇ ਵਿੱਚ ਹੀ ਪਿਸਤੌਲ ਹੈ ਪਿਸਤੌਲ ਤੋਪ ਵਰਗਾ ਸੀ ਬਰੂਧ ਭਰ ਲਓ ਔਰ ਉਹ ਛੋਟਾ ਜਿਹਾ ਛੇਕ ਹੈ ਗੁਰਜ ਦੇ ਕੋਲ ਜਿੱਥੋਂ ਅੱਗ ਦਿਖਾਉਣ ਦੇ ਉੱਤੇ ਫਿਰ ਤੋਪਵਾੰਗ ਗੋਲਾ ਚਲਾਉਂਦਾ ਸੀਗਾ ਦੀਵਾਨ ਟੋਡਰਮਲ ਦੀ ਹਵੇਲੀ ਦੀ ਇੱਟ ਹੈ ਇਹ ਇਹ ਪੋਥੀਆਂ ਹਨ ਜੀ ਜਿਹੜੀਆਂ ਯੂਕਰੇਨ ਤੋਂ ਵਾਪਸ ਆਈਆਂ ਹਨ ਇਹ ਉੱਥੇ ਗੁਰਦੁਆਰਾ ਸਾਹਿਬ ਸੀ ਜਿਹੜਾ ਜੰਗ ਲੱਗਣ ਤੋਂ ਬਾਅਦ ਚ ਉੱਥੇ ਬੰਦ ਹੋ ਗਿਆ ਸਥਾਨ ਗੁਰੂ ਸਾਹਿਬ ਜੀ ਪੋਲੈਂਡ ਚਲੇ ਗਏ ਤੇ ਸਿੰਘ ਪੋਥੀਆਂ ਉੱਥੋਂ ਜਾ ਕੇ ਇੱਥੇ ਲਾਏ ਨਾਲ ਹੀ ਇੱਕ ਗੁਟਕਾ ਸਾਹਿਬ ਹੈ ਜੀ ਜਿਹੜਾ ਉਰਦੂ ਚ ਲਿਖਿਆ ਹੋਇਆ ਨਿਤਨੇਮ ਦਾ ਗੁਟਕਾ ਸਾਹਿਬ ਹੈ 1932 ਦਾ ਇਹ ਗੁਟਕਾ ਸਾਹਿਬ ਜਦੋਂ ਪ੍ਰਿੰਟ ਹੋਇਆ ਹੈ ਇੱਕ ਕਿਸੇ ਪਰਿਵਾਰ ਕੋਲ ਸੀ ਜਿਹੜੇ ਬਜ਼ੁਰਗ ਦੇ ਕਾਫਨ ਦੇ ਵਿੱਚ ਹੀ ਰੱਖਣ ਲੱਗੇ ਸੀ ਸਿੰਘਾ ਸਮਝਾਇਆ ਕਿ ਨਹੀਂ ਗੁਟਕਾ ਸਾਹਿਬ ਇਦਾਂ ਨਹੀਂ ਰੱਖੇ ਜਾ ਸਕਦੇ ਵਿਦਵੀ ਹੈ ਫਿਰ ਮਿਊਜ਼ੀਅਮ ਵਿੱਚ ਲੈ ਆਏ ਗੁਟਕਾ ਸਾਹਿਬ ਇੱਥੇ ਮਿਊਜ਼ੀਅਮ ਦਾ ਹਿੱਸਾ ਹਨ ਇੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ ਉਰਦੂ ਦੇ ਵਿੱਚ ਹੈ 9 ਸਾਲਾਂ ਤੱਕ ਸੰਗਤ ਜੀ ਇਹ 100 ਸਾਲ ਪੁਰਾਣਾ ਗੁਟਕਾ ਸਾਹਿਬ ਹੋ ਜਾਏਗਾ ਇੱਥੇ ਹੀ ਇੱਕ ਇਹ ਦੇਖੋ ਅਕਾਲ ਤਖਤ ਸਾਹਿਬ ਜੀ ਦਾ ਇਹਨਾਂ ਨੇ ਮਾਡਲ ਬਣਾ ਕੇ ਵੱਡਾ ਰੱਖਿਆ ਹੈ ਕਿ 1984 ਤੋਂ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਹਾਲਾਤ ਕੀ ਸਨ ਕਿਦਾਂ ਥੱਲੇ ਮਲਬਾ ਪਿਆ ਹੋਇਆ ਹੈ ਤੇ ਕਿਦਾਂ ਹਾਲਾਤ ਮੰਜ਼ਲਾਂ ਡਿੱਗ ਚੁਕੀਆਂ ਹਨ ਗੁੰਬਦ ਤੱਕ ਸਾਰੇ ਨੁਕਸਾਨੇ ਗਏ ਹਨ ਗੋਲੀਆਂ ਤੋਪਾਂ ਦੇ ਗੋਲੇ ਟੈਂਕਾਂ ਦੇ ਗੋਲੇ ਥੰਮ ਡਿੱਗ ਚੁੱਕੇ ਹਨ ਗੁਰੂ ਕੇ ਨਿਸ਼ਾਨ ਅਜੇ ਵੀ ਝੂਲ ਰਹੇ ਹਨ ਵਾਹਿਗੁਰੂ ਜਿੱਥੇ ਸਾਡਾ ਸਾਰਾ ਇਤਿਹਾਸ ਹੀ ਬਹੁਤ ਮਾਨਮਤਾ ਹੈ ਪਰ ਇਹ ਆਮ ਤੌਰ ਤੇ ਇੱਧਰ ਵਿਦੇਸ਼ਾਂ ਵਿੱਚ ਵੀ ਪੜਾਈ ਜਾਂਦੀ ਹੈ ਸਾਰਾ ਗੜੀ ਦੀ ਲੜਾਈ ਜਿੱਥੇ 21 ਸਿੰਘ ਸਨ ਤੇ ਜਿਨ੍ਹਾਂ ਨੂੰ ਆ ਉਥੇ ਦਾ ਨਕਸ਼ਾ ਬਣਿਆ ਹੋਇਆ ਹੈ ਬਹੁਤ ਸਾਰੇ ਵੱਖਰੇ ਕਿਲੇ ਸਨ ਤੇ ਉਹਦੇ ਵਿੱਚ ਸਾਰਾ ਗੜੀ ਵਾਲੀ ਸੀਗੀ ਇੱਕ ਪੋਸਟ ਉਹਦਾ ਹੀ ਉੱਪਰ ਨਕਸ਼ਾ ਦਿੱਤਾ ਹੋਇਆ ਹੈ ਸਿਰਫ ਇਸ ਪੋਸਟ ਬਾਰੇ ਅਸੀਂ ਇੱਕ ਹੀ ਗੱਲ ਤੁਹਾਨੂੰ ਦੱਸਣੀ ਚਾਹੁੰਦੇ ਆ ਉਹ ਇਹ ਹੈ ਕਿ ਜਦੋਂ ਅਖੀਰਲਾ ਸਿੰਘ ਰਹਿ ਗਿਆ ਨਾ ਉੱਥੇ ਗੁਰਮukh ਸਿੰਘ ਜਿਹਦਾ ਨਾਮ ਹੈ 19 ਸਾਲ ਦੀ ਉਹਦੀ ਉਮਰ ਸੀਗੀ ਉਹਦਾ ਕੰਮ ਲੜਨਾ ਨਹੀਂ ਸੀ ਉਹਦਾ ਕੰਮ ਸੀਗਾ ਕਿ ਇੱਕ ਇਨਫੋਰਮੇਸ਼ਨ ਇੱਕ ਥਾਂ ਦੂਜੀ ਥਾਂ ਭੇਜਣੀ ਤੇ ਜਦੋਂ ਉਹਨੇ ਅਖੀਰਲਾ ਮੈਸੇਜ ਭੇਜਿਆ ਵੇਖੋ ਲਿਖਿਆ ਕਿ 3:30 ਵਜੇ 12 ਸਤੰਬਰ 1897 ਨੂੰ ਸਿਗਨਲ ਮੈਨ ਗੁਰਮukh ਸਿੰਘ sent the final message from sara gadi ਰਿਕੁਐਸਟ ਪਰਮਿਸ਼ਨ ਟੂ ਡਿਸਮਾਉਂਟ ਐਂਡ ਜੁਆਇਨ ਦਾ ਫਾਈਟ ਉਹ ਜਿਹੜਾ ਇੱਕ ਸਿਸਟਮ ਹੁੰਦਾ ਵਾ ਖੱਟਾ ਅਸੈਂਬਲ ਕਰਕੇ ਬਣਾਇਆ ਜਿਹਦੇ ਨਾਲ ਇਨਫੋਰਮੇਸ਼ਨ ਸੈਂਡ ਕੀਤੀ ਜਾਂਦੀ ਸੀ ਉਹ ਕਹਿੰਦਾ ਮੈਨੂੰ ਪਰਮਿਸ਼ਨ ਦਿਓ ਕਿ ਹੁਣ ਇਸ ਤੋਂ ਬਾਅਦ ਚ ਮੇਰਾ ਕੋਈ ਸਨੇਹਾ ਨਹੀਂ ਆਏਗਾ ਮੈਂ ਹੁਣ ਉਸ ਸਿਸਟਮ ਨੂੰ ਅਲੱਗ ਕਰ ਰਿਹਾ ਔਰ ਉਸ ਤੋਂ ਬਾਅਦ ਚ ਮੈਂ ਜੰਗ ਚ ਚਲਿਆ ਜਾਵਾਂਗਾ ਔਰ ਉਸ ਨੂੰ ਪਰਮਿਸ਼ਨ ਦਿੱਤੀ ਗਈ ਸੀ ਰਿਸੀਵਡ ਦਾ ਪ੍ਰੋਮਟ ਰਿਪਲਾਈ ਪਰਮਿਸ਼ਨ ਗ੍ਰਾਂਟਡ 19 ਇਅਰ 올ਡ ਗੁਰਮੁਖ ਸਿੰਘ ਪੈਕਡ ਹਿਸ ਇਕਵਿਪਮੈਂਟ ਇਨ ਦਾ ਲੈਦਰ ਬੈਗ ਆਰਮਡ ਹਿਮਸੈਲਫ ਵਿਦ ਦਾ ਬਰਨਟ ਐਂਡ ਕੇਮ ਡਾਊਨ ਟੂ ਫੇਸ ਦਾ ਟ੍ਰਾਈਬਸਮੈਨ ਸੋ ਇਹ ਉਸ ਜੰਗ ਦਾ ਇੱਕ ਬੜਾ ਵੱਡਾ ਹਿੱਸਾ ਸੀਗਾ ਜਕਾਰੇ ਛੱਡਦੇ ਹੋਏ ਇਹ ਸਿੰਘਾਂ ਨੇ ਸਾਰਿਆਂ ਨੇ ਸ਼ਹੀਦੀਆਂ ਦਿੱਤੀਆਂ ਸੀ ਇਹਦੇ ਉੱਤੇ ਤਾਂ ਹੁਣ ਬਹੁਤ ਸਾਰੀਆਂ ਫਿਲਮਾਂ ਵੀ ਬਣ ਚੁੱਕੀਆਂ ਹਨ ਪੁਸਤਕਾਂ ਵੀ ਹਨ ਪਰ ਜੇ ਸਿੱਖ ਪੜਨ ਚ ਇੰਟਰਸਟ ਰੱਖਦੇ ਹੋਣ ਤਾਂ ਸੋ ਇਹ ਜਿਹੜਾ ਮਿਊਜ਼ੀਅਮ ਇਥੇ ਡਰਬੀ ਦੇ ਵਿੱਚ ਬਣਿਆ ਹੋਇਆ ਹੈ ਸਿੰਘਾਂ ਨੇ ਕਈ ਸਾਲਾਂ ਦੀ ਮਿਹਨਤ ਹੈ तकरीबन 10-12 ਸਿੰਘ ਜਿਹੜੇ ਡੈਡੀਕੇਟਿਡ ਲੱਗੇ ਹੋਏ ਹਨ ਇਹ ਖਜ਼ਾਨੇ ਇਕੱਠੇ ਕਰਨੇ ਸੌਖੇ ਨਹੀਂ ਹੁੰਦੇ ਹਨ ਇਹਨਾਂ ਬਦਲੇ ਪੇਪਰ ਵਰਕ ਤੇ ਬਹੁਤ ਸਾਰੀਆਂ ਰਿਕਵੈਸਟਾਂ ਪਾਉਣੀਆਂ ਪੈਂਦੀਆਂ ਪਰ ਅੱਜ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੰਮਾ ਸਿੱਖਾਂ ਦਾ ਇਤਿਹਾਸ ਉਹਦੇ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਸਾਡੇ ਕੋਲ ਬਹੁਤ ਸੋਹਣੀਆਂ ਨਿਸ਼ਾਨੀਆਂ ਜਿਹੜੀਆਂ ਇਸ ਮਿਊਜ਼ੀਅਮ ਵਿੱਚ ਪਈਆਂ ਹਨ ਫਿਰ ਇਹੀ ਰਿਕਵੈਸਟ ਕਰਾਂਗੇ ਜੇ ਤੁਸੀਂ ਯੂਕੇ ਸਕਾਟਲੈਂਡ ਇੰਗਲੈਂਡ ਕਿਤੇ ਵੀ ਰਹਿੰਦੇ ਯੂਰਪ ਚ ਰਹਿੰਦੇ ਜਿੱਥੋਂ ਇੱਥੇ ਸੌਖ ਤੇ ਲੰਡਨ ਤੋਂ 200 ਕਿਲੋਮੀਟਰ ਦੂਰ ਹੈ ਦਰਬੀ ਇਹ ਮਿਊਜ਼ੀਅਮ ਜ਼ਰੂਰ ਦੇਖਣ ਆਉਣਾ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਵੀਰਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਅਸੀਂ ਆਏ ਸਾਨੂੰ ਵੀ ਬਹੁਤ ਕੁਝ ਦੇਖਣ ਸਿੱਖਣ ਲਈ ਮਿਲਿਆ ਕਾਸ਼ ਸਾਡੇ ਕੋਲ ਸਮਾਂ ਜ਼ਿਆਦਾ ਹੁੰਦਾ ਅਸੀਂ ਹੋਰ ਚੰਗੀ ਤਰ੍ਹਾਂ ਸਾਰੀ ਇਨਫੋਰਮੇਸ਼ਨ ਪੜ੍ਹ ਸਕਦੇ ਫੇਰ ਕਦੀ ਗੁਰੂ ਸਾਹਿਬ ਨੂੰ ਪਾਇਆ ਤੇ ਤੁਹਾਡੇ ਦਰਸ਼ਨ ਕਰਾਂਗੇ ਮਿਊਜ਼ੀਅਮ ਵੀ ਚੰਗੀ ਤਰ੍ਹਾਂ ਦੇਖਾਂਗੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ